ਪਾਕਿਸਤਾਨ ਆਪਣੀਆਂ ਹਰਕਤਾਂ ਤੇ ਕਾਬੂ ਪਾਉਣ ਦੇ ਵਿੱਚ ਥੋੜਾ ਜਿਹਾ ਵੀ ਸਮਰੱਥ ਨਹੀਂ ਜਾਪਦਾ। ਤਾਹੀਂ ਤਾਂ ਆਦਤ ਤੋਂ ਮਜਬੂਰ ਇਹਨਾਂ ਹਾਲਾਤਾਂ ਦੇ ਵਿੱਚ ਵੀ ਭਾਰਤ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਨਾ ਕੋਈ ਜ਼ਰੀਆ ਲੱਭ ਹੀ ਲੈਂਦਾ। ਇਹ ਤਸਵੀਰਾਂ ਪੰਜਾਬ ਦੇ ਸਰਹੱਦੀ ਇਲਾਕੇ ਫਿਰੋਜ਼ਪੁਰ ਦੇ ਅਖੀਰਲੇ ਪਿੰਡ ਦੀਆਂ ਨੇ, ਜੋ ਕਿ ਪਹਿਲਾਂ ਹੀ ਸਤਲੁਜ ਨਦੀ ਦੇ ਕਹਿਰ ਤੋਂ ਜੂਝ ਰਿਹਾ। ਹਾਲਾਂਕਿ ਜੇਕਰ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ 60 ਤੋਂ ਜ਼ਿਆਦਾ ਪਿੰਡ ਪਾਣੀ ਦੀ ਚਪੇਟ ਵਿੱਚ ਨੇ, ਪਰ ਇਸ ਕੁਦਰਤੀ ਕਰੋਪੀ ਦੀ ਆੜ ਦੇ ਵਿੱਚ ਵੀ ਪਾਕਿਸਤਾਨ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਦੇ ਨਾਲ ਲੱਗਦੀ ਇੰਡੋ ਪਾਕ ਬਾਰਡਰ ਦੀ ਫੈਂਸਿੰਗ ਲਕੀਰ ਰਾਹੀਂ ਨਾ ਸਿਰਫ ਸਤਲੁਜ ਨਦੀ ਦਾ ਪਾਣੀ ਬਲਕਿ ਕਸੂਰ ਸਥਿਤ ਪਾਕਿਸਤਾਨ ਦੀ ਚਮੜੇ ਦੀ ਫੈਕਟਰੀ ਤੋਂ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਪੈਦਾ ਕਰਨ ਵਾਲਾ ਪਾਣੀ ਵੀ ਭਾਰਤ ਭੇਜ ਰਿਹਾ। ਇਸ ਬਾਬਤ ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਡਿਪਟੀ ਕਮਿਸ਼ਨਰ ਨੇ ਆਪਣੇ ਦੌਰੇ ਦੌਰਾਨ ਕੀ ਕੁਝ ਕਿਹਾ, ਆ ਸੁਣੋ। ਪਾਕਿਸਤਾਨ ਇਸ ਆੜ ਦੇ ਵਿੱਚ ਇਹ ਚਾਹੁੰਦਾ ਹੈ ਕਿ ਅਸੀਂ ਕੋਈ ਨਾ ਕੋਈ ਇਹੋ ਜਿਹੀ ਕਾਨੂੰਨੀ ਹਰਕਤ ਕਰ ਦਈਏ ਕਿ ਜਿਹਦੇ ਨਾਲ ਪੰਜਾਬ ਦੀ ਜਿਹੜੀ ਜਵਾਨੀ ਉਹਨੂੰ ਤਬਾਹ ਕਰ ਦਈਏ। ਪਰ ਸਾਡੇ ਮੁੱਖ ਮੰਤਰੀ, ਸਾਡੀ ਸੈਂਟਰ ਦੀ ਸਰਕਾਰ, ਇੱਥੋਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਮੁੱਖ ਮੰਤਰੀ ਜੀ ਨੇ ਪਹਿਲਾਂ ਹੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਹੁਕਮ ਦੇ ਦਿੱਤੇ ਸੀ 24 ਘੰਟੇ ਪਹਿਲਾਂ ਕਿ ਤੁਸੀਂ ਆਰਮੀ ਬੁਲਾਓ। ਆਰਮੀ ਬੁਲਾਈ ਹੋਈ ਹੈ, NDRF ਦੀਆਂ ਟੀਮਾਂ ਬੁਲਾਈਆਂ ਹੋਈਆਂ। ਇਸ ਕਰਕੇ ਮੈਂ ਸਮਝਦਾ ਕਿ ਇਹ ਕੁਛ ਕਰ ਨਹੀਂ ਪਾਉਣਗੇ, ਇਹ ਜੋ ਮਰਜ਼ੀ ਕਰ ਲੈਣ। ਅਸੀਂ ਇਹ ਬਹੁਤ ਅਲਰਟ ਹਾਂ, ਸਾਡੀ BSF ਬੜੀ ਅਲਰਟ ਹੈਗੀ ਹੈ। ਇਹਨਾਂ ਦੇ ਕੁਛ ਵੀ ਮਨਸੂਬੇ ਹੋਣ, ਅਸੀਂ ਪੂਰੇ ਨਹੀਂ ਹੋਣ ਦਿਆਂਗੇ। ਪਾਣੀ ਕਸੂਰ ਚਲੇ ਗਿਆ। ਪਾਕਿਸਤਾਨ ਨੇ ਕੀ ਕੀਤਾ ਕਿ ਕਸੂਰ ਦੇ 6 ਗੇਟ ਖੋਲ੍ਹ ਦਿੱਤੇ ਔਰ ਉੱਥੇ ਬੰਨ ਤੋੜ ਦਿੱਤਾ, ਔਰ ਉਹ ਪਾਣੀ ਡਬਲ ਮਾਤਰਾ 'ਚ ਸਾਡੇ ਇੱਧਰ ਇਸ ਵਿਲੇਜਿਸ ਵਿੱਚ ਆ ਗਿਆ। ਔਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ 4-4 ਫੁੱਟ, 5-5 ਫੁੱਟ ਸਾਡੇ ਪਿੰਡ ਨਾਲ ਡੁੱਬਿਆ ਹੋਇਆ, ਔਰ ਸਾਰੀ ਫਸਲ 100% ਤਬਾਹ ਇੱਥੇ ਦਿਖਾਈ ਦੇ ਰਹੀ ਹੈ। ਸੋ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇੱਥੋਂ ਤੱਕ ਕਿ ਪਾਕਿਸਤਾਨ ਲਗਾਤਾਰ ਭਾਰਤ ਦੇ ਵਿੱਚ ਜੋ ਨਸ਼ੇ ਦੀ ਖੇਪ ਭੇਜਣ ਦੀ ਫਿਰਾਕ ਦੇ ਵਿੱਚ ਰਹਿੰਦਾ ਹੈ। ਅਧਿਕਾਰੀਆਂ ਮੁਤਾਬਕ ਉਹ ਇਸ ਨੂੰ ਵੀ ਅੰਜਾਮ ਦੇ ਸਕਦਾ ਸੀ, ਪਰ BSF, NDRF ਤੇ ਪੰਜਾਬ ਪੁਲਿਸ ਦੀ ਚੌਕਸੀ ਨੇ ਪਾਕ ਦੇ ਨਾਪਾਕ ਮਨਸੂਬੇ ਧਾਰਾਸ਼ਾਹੀ ਕਰ ਦਿੱਤੇ ਨੇ। ਹਾਲਾਂਕਿ ਪਾਕਿਸਤਾਨ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਕੁਦਰਤੀ ਕਰੋਪੀ ਹੈ, ਕੱਲ ਉਸ ਤੇ ਵੀ ਪੈ ਸਕਦੀ ਹੈ ਤੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਸੋ ਇਨਸਾਨੀਅਤ ਨੂੰ ਜ਼ਿੰਦਾ ਰੱਖ, ਪਾਕਿਸਤਾਨ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਪੁਰਸਕੂਨ ਰਹਿਣ ਦੀ ਲੋੜ ਹੈ। ਫਿਰੋਜ਼ਪੁਰ ਤੋਂ ਕਮਲ ਮਲਹੋਤਰਾ ਦੇ ਨਾਲ ਇੰਡੀਆ ਨਿਊਜ਼ ਪੰਜਾਬ।